ਖਾਣ ਵਾਲੀਆਂ ਜਿਹੜੀਆਂ ਵਸਤੂਆਂ ਹੈ ਸਟੂਡੈਂਟਸ ਦੇ ਕੋਲ ਨੇ, ਜਿਨ੍ਹਾਂ ਦੇ ਵਿੱਚ ਸੁੰਡ ਚੱਲ ਰਹੇ ਨੇ, 19 ਤੱਕ ਲੱਗ ਚੁੱਕੀ ਹੈ। 1:30 ਵਜੇ ਕੇ ਆਸ ਪਾਸ ਥਾਲੀ ਲੀ ਤੋ ਉਸਕੇ ਅੰਦਰ ਕੋਕਰੋਚ ਆਇਆ, ਪਕਵਾਨ ਵਾਲੋ ਸੇ ਲੀ ਮੈਨੇ ਥਾਲੀ, ਤੋ ਜਬ ਮੈਂ ਉਸਕੇ ਪਾਸ ਗਿਆ ਤੋ ਵਾਪਿਸ ਪੈਸੇ ਦੇ ਰਿਹਾ ਮੇਰੇ ਕੋ, ਯਾ ਹੋਰ ਥਾਲੀ ਲੈ ਲੋ, ਉੱਪਰ ਸੇ ਉਸਨੇ ਮੇਰੇ ਸਾਥ ਬਦਤਮੀਜ਼ੀ ਵੀ ਕੀ ਹੈ। ਅਗਰ ਕੋਕਰੋਚ ਆ ਗਿਆ ਤਾਂ ਕਿਆ ਹੋ ਗਿਆ, ਵੀ ਤੁਮ ਸਟੂਡੈਂਟ ਕੋ ਯਹੀ ਕਾਮ ਹੈ ਮੁੱਦੇ ਉਠਾਉਣਾ। ਤੇ ਅਸੀਂ ਇਮੀਡੀਏਟਲੀ ਕਾਕਰੋਚ ਵਾਲੀ ਵੀਡੀਓ ਲੈ ਕੇ ਉਹਦੇ ਦੁਕਾਨ ਤੇ ਗਏ, ਉਹ ਤੋਂ ਬਾਅਦ ਉਹ ਔਖਾ ਹੋਣ ਲੱਗਿਆ ਸੀ। ਫਿਰ ਸਾਰੀਆਂ ਦੁਕਾਨਾਂ 'ਚ ਸਾਰੇ ਸਟੂਡੈਂਟ ਇਕੱਠੇ ਹੋ ਕੇ ਸਾਰੀਆਂ ਦੁਕਾਨਾਂ 'ਚ ਗਏ, ਆਹ ਮਹਿਤੇ ਦੀ ਸ਼ੋਪ ਆ ਉਹਦੇ ਵਿੱਚ ਮਿਲ ਰਿਹਾ। ਲਗਾਤਾਰ ਜਿਹੜੇ ਖਾਣਿਆਂ ਦੇ ਵਿੱਚ ਸੁੰਡੀ, ਕੀੜੇ ਤੇ ਕਾਕਰੋਚ ਇਹ ਮਿਲ ਰਿਹਾ, ਤੇ ਗਲਿਆ ਸੜਿਆ ਖਾਣਾ ਜਿਹੜਾ ਉਹ ਤੋਂ ਹੀ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਤੇ ਦੂਜਾ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਰੇਟ ਨੇ ਉਹ ਲਾ ਰਹੇ ਨੇ। ਇਸ ਸਮੇਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਂ, ਜਿੱਥੇ ਕਿ ਤਮਾਮ ਦੁਕਾਨਾਂ ਨੂੰ ਸਟੂਡੈਂਟਸ ਵੱਲੋਂ ਬੰਦ ਕਰਵਾਇਆ ਗਿਆ, ਕਿਉਂਕਿ ਖਾਣੇ ਦੇ ਵਿੱਚੋਂ ਕਾਕਰੋਚ ਨਿਕਲਿਆ। ਲਗਾਤਾਰ ਖਾਣ ਵਾਲੀਆਂ ਜਿਹੜੀਆਂ ਵਸਤੂਆਂ ਹੈ ਸਟੂਡੈਂਟਸ ਦੇ ਕੋਲ ਨੇ, ਜਿਨ੍ਹਾਂ ਦੇ ਵਿੱਚ ਸੁੰਡ ਚੱਲ ਰਹੇ ਨੇ, 19 ਤੱਕ ਲੱਗ ਚੁੱਕੀ ਹੈ, ਤੇ ਇਹ ਚੀਜ਼ਾਂ ਇੱਥੇ ਬੱਚਿਆਂ ਨੂੰ ਪਰੋਸੀਆਂ ਜਾ ਰਹੀਆਂ ਨੇ। ਕੀ ਪੂਰਾ ਮੁੱਦਾ ਕੀ ਹੈ ਸਰ? ਅੱਜ ਅਸੀਂ, ਸਾਡਾ ਇੱਕ ਦੋਸਤ ਆ, ਉਹਦੇ ਖਾਣੇ ਦੇ ਵਿੱਚ ਕਾਕਰੋਚ ਆਇਆ, ਤੇ ਅਸੀਂ ਇਮੀਡੀਏਟਲੀ ਕਾਕਰੋਚ ਵਾਲੀ ਵੀਡੀਓ ਲੈ ਕੇ ਉਹਦੇ ਦੁਕਾਨ ਤੇ ਗਏ, ਉਹ ਤੋਂ ਬਾਅਦ ਉਹ ਔਖਾ ਹੋਣ ਲੱਗਿਆ ਸੀ। ਫਿਰ ਸਾਰੀਆਂ ਦੁਕਾਨਾਂ 'ਚ ਸਾਰੇ ਸਟੂਡੈਂਟ ਇਕੱਠੇ ਹੋ ਕੇ ਸਾਰੀਆਂ ਦੁਕਾਨਾਂ 'ਚ ਗਏ, ਆਹ ਮਹਿਤੇ ਦੀ ਸ਼ੋਪ ਆ ਉਹਦੇ ਵਿੱਚ ਮਿਲ ਰਿਹਾ। ਤੇ ਲਗਾਤਾਰ ਜਿਹੜੇ ਖਾਣਿਆਂ ਦੇ ਵਿੱਚ ਸੁੰਡੀ, ਕੀੜੇ ਤੇ ਕਾਕਰੋਚ ਇਹ ਮਿਲ ਰਿਹਾ, ਤੇ ਗਲਿਆ ਸੜਿਆ ਖਾਣਾ ਜਿਹੜਾ ਉਹ ਤੋਂ ਹੀ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਇੱਕ ਇਹ ਬਹੁਤ ਵੱਡੇ ਪੱਧਰ 'ਤੇ ਸਾਡੇ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਤੇ ਦੂਜਾ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਰੇਟ ਨੇ ਉਹ ਲਾ ਰਹੇ ਨੇ। ਹੁਣ ਜਿਹੜਾ ਤਾਂ ਵਿਦਿਆਰਥੀ ਇੱਥੇ ਦਾ ਹੈਗਾ ਉਹਨੂੰ ਪਤਾ ਥੋੜਾ ਬਹੁਤ ਵੀ ਆਹ ਰੇਟ ਇਹਦਾ ਇੰਨਾ, ਜਿਹੜਾ ਬੰਦਾ ਬਾਹਰ ਤੋਂ ਆ ਰਿਹਾ ਉਹ ਤੋਂ ਮਨ ਮਰਜ਼ੀ ਦੇ ਨਾਲ ਰੇਟ ਵੀ ਲਾਏ ਜਾ ਰਹੇ ਨੇ। ਤੇ ਇਹ 25-25 ਸਾਲ ਤੋਂ ਜਿਹੜੇ ਠੇਕੇ ਚੜੇ ਹੋਏ ਨੇ ਦੁਕਾਨਾਂ ਦੇ, ਮਤਲਬ ਆਪਸੀ ਇਹਨਾਂ ਦਾ ਫੈਮਿਲੀ ਟ੍ਰੀ ਆ, ਇੱਕੋ ਫੈਮਿਲੀ ਦੇ ਵਿੱਚ ਸਾਰਾ ਠੇਕਾ ਘੁੰਮੀ ਜਾ ਰਿਹਾ। ਕੀ PU ਅਥਾਰਟੀ ਉਹਦੇ ਵਿੱਚ ਕਿੰਨਾ ਪੈਸਾ ਚੜਾਉਂਦੀ ਆ, ਖਾਂਦੀ ਆ, ਉਹ ਸਾਨੂੰ ਸਭ ਨਹੀਂ ਪਤਾ ਚੱਲਦਾ। ਫੂਡ ਸਪਲਾਈ ਵਾਲਾ ਜਾਂ ਹੋਰ ਕੋਈ ਚੈੱਕ ਕਰਨ ਲਈ ਕਦੇ ਇਹਨਾਂ ਨੇ ਯੂਨੀਵਰਸਿਟੀ ਨੇ ਉਹਨਾਂ ਨੂੰ ਵੀ ਪੈਸੇ ਚੜਾਉਂਦੇ ਹੋਣਗੇ, ਤਾਂ ਹੀ ਤਾਂ ਪ੍ਰੂਫ ਬੋਲ ਦੀ ਤਸਵੀਰ ਆ ਇਹ ਤਸਵੀਰ ਬੋਲ ਰਹੀ ਹੈ ਕਿ ਆਹ ਦੇਖੋ ਕਿੰਨਾ ਗੰਦਾ ਖਾਣਾ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਖਿਲਾਇਆ ਜਾ ਰਿਹਾ। ਮਤਲਬ ਅਸੀਂ ਇੱਥੇ ਸਾਰੇ ਵਿਦਿਆਰਥੀ ਜਥੇਬੰਦੀਆਂ ਇਕੱਠੀਆਂ ਹੋ ਕੇ ਅਸੀਂ ਇਹਨਾਂ ਸਾਰਿਆਂ ਦੇ ਦਰਵਾਜ਼ੇ ਬੰਦ ਕੀਤੇ ਨੇ। ਹੁਣ ਇੱਥੇ ਅਥਾਰਟੀ ਵਾਲੇ ਪਹੁੰਚੇ ਨੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਇਹਦਾ ਹੱਲ ਕੱਢਾਂਗੇ। ਹੁਣ ਇਮੀਡੀਏਟਲੀ ਉਹਨਾਂ ਨੇ ਕਿਹਾ ਕਿ ਅੱਜ ਕੋਈ ਖਾਣਾ ਸਰਵ ਨਹੀਂ ਕੀਤਾ ਜਾਏਗਾ। ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਸਾਰਿਆਂ ਦੇ ਜਿਹੜੇ ਠੇਕੇ ਨੇ ਉਹ ਰੱਦ ਕੀਤੇ ਜਾਣ, ਤੇ ਪ੍ਰੋਪਰ ਪੰਜਾਬ ਯੂਨੀਵਰਸਿਟੀ ਸਾਰੀਆਂ ਦੁਕਾਨਾਂ ਨੂੰ ਆਪਣੇ ਅੰਡਰ ਲੈ ਕੇ ਇਹ ਸਾਰਾ ਕੀਤਾ, ਕਿਉਂਕਿ ਇੱਕ ਦੁਕਾਨ ਦਾ 1 ਲੱਖ ਤੋਂ ਉੱਪਰ ਕਰਾਇਆ, ਅਗਰ ਪੰਜਾਬ ਯੂਨੀਵਰਸਿਟੀ ਆਪਣਾ ਬੰਦਾ ਰੱਖ ਕੇ ਇਹ ਸਾਰਾ ਇਹ ਪ੍ਰੋਡਿਊਸ ਕਰਦੀ ਆ, ਬੱਚਿਆਂ ਨੂੰ ਸਰਵ ਕਰਦੀ ਆ, ਠੇਕੇ ਵਾਲਾ ਪੈਸਾ ਵੀ ਵਿਦਿਆਰਥੀ ਟ੍ਰਾਂਸਫਰ ਹੋ ਜਾਏਗਾ, ਉਹਦਾ ਰੇਟ ਘੱਟ ਜਾਏਗਾ, ਤੇ ਵਧੀਆ ਕੁਆਲਿਟੀ ਸਾਨੂੰ ਮਿਲ ਸਕਦੀ ਆ। ਮਤਲਬ ਕੋਆਪਰੇਟਿਵ ਸਿਸਟਮ ਖੜਾ ਕਰਕੇ ਇੱਥੇ ਵਿਦਿਆਰਥੀਆਂ ਨੂੰ ਸਰਵ ਕੀਤਾ ਜਾ ਸਕਦਾ, ਤਾਂ ਵਿਦਿਆਰਥੀਆਂ ਦਾ ਵੀ ਫਾਇਦਾ, ਇੱਥੇ ਕੰਮ ਕਰਦੇ ਤੁਸੀਂ ਅੰਦਰ ਅਗਰ ਥੋੜਾ ਜਿਹਾ ਜਾਓਗੇ ਨਾ, ਜਿਹੜੇ ਵਰਕਰ ਕੰਮ ਕਰਦੇ ਉਹਨਾਂ ਦੀ ਹਾਲਤ ਇੰਨੀ ਮਾੜੀ ਆ, 5 ਮਿੰਟ ਖੜਨਾ ਔਖਾ ਹੋ ਜਾਂਦਾ। ਅਸੀਂ ਬਾਹਰ ਸ਼ੇਕ ਲੈ ਕੇ, 100 ਰੁਪਏ ਦਾ ਸ਼ੇਕ ਦਿੰਦੇ ਨੇ ਇਹ, ਸ਼ੇਕ ਲੈ ਕੇ ਬਾਹਰ ਬੜੇ ਸਵਾਦ ਨਾਲ ਪੀਂਦੇ ਆ, ਲੇਕਿਨ ਜਿਹੜਾ ਸ਼ੇਕ ਨੂੰ ਬਣਾ ਰਿਹਾ ਉੱਥੇ ਬੈਠਾ ਉਹਦੀ ਹਾਲਤ ਬਹੁਤ ਮਾੜੀ ਆ, ਉਹਨੂੰ ਘੱਟ ਪੈਸੇ ਦਿੰਦੇ ਨੇ। 12 ਅਥਾਰਟੀ ਤੁਹਾਡੀ ਨਾ ਸੁਣੇ ਨਾ ਇਹਨਾਂ ਤੇ ਕਾਰਵਾਈ ਤੁਰੰਤ ਕਰੇ, ਫਿਰ ਕੀ ਹੈ? ਫਿਰ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਆਪ ਜਿੰਦਾ ਲਾ ਦੇਗਾ ਇਹਨਾਂ ਨੂੰ। ਮਤਲਬ ਇੱਥੇ ਇਹਨਾਂ ਨੇ 1100% ਫੀਸਾਂ ਦਾ ਵਾਧਾ ਪਿਛਲੇ ਟਾਈਮ 'ਚ ਕੀਤਾ ਸੀ, ਵਿਦਿਆਰਥੀਆਂ ਨੇ ਮਿਲ ਕੇ ਵਾਪਸ ਕਰਵਾ ਲਈਆਂ। ਮਤਲਬ ਇੱਥੇ ਜਦੋਂ ਸਾਡੇ ਖਿਲਾਫ ਕੋਈ ਫਰਮਾਨ ਜਾਰੀ ਕੀਤਾ ਜਾਂਦਾ ਜਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਵਿਦਿਆਰਥੀ ਸਾਰੀਆਂ ਵਿਦਿਆਰਥੀਆਂ ਜਥੇਬੰਦੀਆਂ ਇੱਕ ਹੋ ਜਾਂਦੀਆਂ ਨੇ, ਤੇ ਸਾਰਾ ਆਪਣਾ ਜਿਹੜੀਆਂ ਮੰਗਾਂ ਨੇ ਉਹ ਅਸੀਂ ਪੂਰਾ ਮਨਵਾ ਕੇ ਹਟਦੇ। ਬਿਲਕੁਲ, ਤਸਵੀਰ ਤੁਹਾਡੇ ਸਾਹਮਣੇ ਆ ਕਿ ਕਿਵੇਂ ਗਲੀਆਂ ਸੜੀਆਂ, ਉੱਲੀ ਲੱਗੀਆਂ ਸਬਜ਼ੀਆਂ ਜਿਹੜੀਆਂ ਇਹਨਾਂ ਨੂੰ ਬਣਾ ਕੇ ਫੂਡ ਦੇ ਵਿੱਚ ਪਰੋਸੀਆਂ ਜਾਂਦੀਆਂ। ਇਸੇ ਕਰਕੇ ਅੱਜ ਯੂਨੀਵਰਸਿਟੀ ਦੇ ਤਮਾਮ ਸਟੂਡੈਂਟਸ ਨੇ ਇਕੱਤਰਿਤ ਹੋ ਕੇ ਕੋਕਰੇ ਨਿਕਲਣ ਤੋਂ ਬਾਅਦ ਤਮਾਮ ਦੁਕਾਨਾਂ ਨੂੰ ਜਿੰਦੇ ਲਗਾ ਦਿੱਤੇ ਨੇ, ਬੰਦ ਕਰਵਾ ਦਿੱਤੀਆਂ ਨੇ, ਤੇ ਕਿਹਾ ਗਿਆ ਕਿ ਫੂਡ ਜਿਹੜਾ ਉਹ ਸਰਵ ਨਹੀਂ ਕੀਤਾ ਜਾਵੇਗਾ। ਜਿਹੜੀਆਂ ਦੁਕਾਨਾਂ ਖੁੱਲੀਆਂ ਉਹਨਾਂ ਨੂੰ ਵੀ ਬੰਦ ਕਰਵਾਉਣ ਦੇ ਲਈ
ਲਗਾਤਾਰ ਇਹ ਸਟੂਡੈਂਟਸ ਜਿਹੜੇ ਨੇ ਉਹ ਤਤਪਰ ਨੇ ਤਾਂ ਕਿ ਪੂਰੀ ਤਰ੍ਹਾਂ ਇਹਨਾਂ ਨੂੰ ਜਿਹੜਾ ਰੋਕਿਆ ਜਾਵੇ, ਠੇਕੇ ਜਿਹੜੇ ਨੇ ਉਹ ਚੰਗੇ ਲੋਕਾਂ ਦਿੱਤੇ ਜਾਣ ਤੇ ਫੂਡ ਆ ਜਿਹੜਾ ਸਹੀ ਜਿਹੜਾ ਆ ਉਹ ਸਪਲਾਈ ਕੀਤਾ ਜਾਵੇ। 1:30 ਵਜੇ ਕੇ ਆਸ ਪਾਸ ਥਾਲੀ ਲਈ ਤੋ ਉਸਕੇ ਅੰਦਰ ਕੋਕਰੋਚ ਆਇਆ, ਪਕਵਾਨ ਵਾਲੋ ਸੇ ਲੀ ਮੈਨੇ ਥਾਲੀ, ਤੋ ਜਬ ਮੈਂ ਉਸਕੇ ਪਾਸ ਗਿਆ ਤੋ ਵਾਪਿਸ ਪੈਸੇ ਦੇ ਰਿਹਾ ਮੇਰੇ ਕੋ, ਯਾ ਹੋਰ ਥਾਲੀ ਲੈ ਲੋ। ਉੱਪਰ ਸੇ ਉਸਨੇ ਮੇਰੇ ਸਾਥ ਬਦਤਮੀਜ਼ੀ ਵੀ ਕੀ ਹੈ, ਕਹਿ ਰਿਹਾ ਕਿਆ ਹੋ ਗਿਆ ਅਗਰ ਆ ਗਿਆ ਤੋ, ਅਗਰ ਕੋਕਰੋਚ ਆ ਗਿਆ ਤਾਂ ਕਿਆ ਹੋ ਗਿਆ, ਵੀ ਤੁਮ ਸਟੂਡੈਂਟ ਕੋ ਯਹੀ ਕਾਮ ਹੈ ਮੁੱਦੇ ਉਠਾਨਾ। ਮੈਂ ਕਿਸੀ ਪਾਰਟੀ ਸੇ ਬਿਲੋਂਗ ਨਹੀਂ ਕਰਤਾ ਹੂੰ, ਲੇਕਿਨ ਜੋ ਕੋਕਰੋਚ ਆਇਆ ਮੈਂ ਉਸੀ ਕੇ ਬਾਰੇ ਮੇਂ ਬਾਤ ਕਰ ਰਹਾ ਹੂੰ ਜੀ, ਵੀ ਮੇਰੀ ਥਾਲੀ ਮੇਂ ਕੋਕਰੋਚ ਆਇਆ। ਕਾਰਵਾਈ ਵੀ ਅੱਛਾ, ਖਾਣਾ ਮਿਲੇ, ਸਾਫ਼ ਸਫਾਈ ਹੋ, ਸਬਜ਼ੀਆਂ ਮੇਂ ਕੀੜੇ ਮਿਲ ਰਹੇ ਹੈ, ਅੱਛਾ ਰੇਟ ਵੀ ਇਨਕੇ ਬਹੁਤ ਹੈਵੀ ਹੈ, ਬਹੁਤ ਹਾਈ ਰੇਟ ਹੈ ਇਨਕੇ, ਔਰ ਬਦਤਮੀਜ਼ੀ ਜੀ ਬਾਤ ਕਰਤੇ ਹੈ। ਹਾਂ ਸਰ ਮੇਰੀ ਗੱਲ ਮੇਰੀ ਗੱਲ ਸੁਣ ਲਓ, ਇਹ ਬੰਦਾ ਨਾ ਬਦਤਮੀਜ਼ੀ ਨਾਲ ਬੋਲਦਾ, ਜ਼ਰੂਰ ਕੱਢਦਾ ਸੀ ਉਹਦਾ ਪਿੰਡ ਦਾ ਦਾਤਾ ਹੁਣ। ਮੇਰਾ ਰਮਨ ਦੀਵਾਨ ਹੈ ਜੀ। ਕਿਹੜੀ ਦੁਕਾਨ? ਪਕਵਾਨ ਮੀਲ। ਅੱਛਾ, ਤੇ ਕੀ ਤੁਹਾਡੇ ਐਲੀਗੇਸ਼ਨ ਜਿਹੜੇ ਲੱਗ ਰਹੇ ਕਿਤੇ ਗੰਦਾ? ਐਲੀਗੇਸ਼ਨਸ ਦਾ ਕੰਮ ਹੀ ਹੈ ਜੀ, ਐਲੀਗੇਸ਼ਨਸ ਹੀ ਲਾਣੇ, ਐਲੀਗੇਸ਼ਨ ਲਾਏ ਬਗੈਰ ਕੋਈ ਕੰਮ ਨਹੀਂ ਹੈ। 3 ਸਾਲ ਹੋ ਗਏ, 3 ਸਾਲ ਹੋ ਗਏ, ਅਸੀਂ ਬਾਈਟ ਕਰ ਰਹੇ ਹਾਂ, ਰੇਟ ਵਧੇ ਹੈ। ਇਹ ਕਹਿੰਦੇ ਇਹਨਾਂ ਨੂੰ ਸਬਸਿਡਾਈਜ਼ ਮਿਲਣਾ ਚਾਹੀਦਾ, ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਬਸਿਡੀ ਤੇ ਕਿਹੜੀ ਚੀਜ਼ ਆਉਂਦੀ ਹੈ ਦੁਕਾਨਦਾਰ ਨੂੰ। ਨਾ ਬਿਜਲੀ ਸਬਸਿਡੀ ਤੇ ਹੈ, ਨਾ ਲੇਬਰ ਸਬਸਿਡੀ ਤੇ ਹੈ, ਨਾ ਰਾਸ਼ਨ ਸਬਸਿਡੀ ਤੇ ਹੈ, ਸਾਰੀ ਚੀਜ਼ ਮਾਰਕੀਟ ਤੋਂ ਪਰਚੇਜ਼ ਕੀਤੀ ਜਾਂਦੀ ਹੈ, ਸਿਰਫ ਰੇਟ ਇਹ ਹੈ ਕਿ ਵੀ ਰੇਟ ਨਾ ਵਧਣ ਜੀ, ਬਸ ਹੋਰ ਇਹਨਾਂ ਦਾ ਕੀ ਹੈ। ਕੈਮਰਾਮੈਨ ਸਿਕੰਦਰ ਦੇ ਨਾਲ ਜਸਪ੍ਰੀਤ ਸਿੰਘ, ਆਸ਼ਕ, PTC ਨਿਊਜ਼, ਚੰਡੀਗੜ੍ਹ।